ਸਤਿ ਸ਼੍ਰੀ ਅਕਾਲ, ਮੈਂ ਭਵਨੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼। ਤੇ ਅੱਜ ਇਹ ਖਬਰ ਸਾਂਝਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਫੈਨਸ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਮਾਤਾ ਪਿਤਾ ਨੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਬੱਚੇ ਦੀ ਤਸਵੀਰ ਸਾਂਝੀ ਕੀਤੀ ਤੇ ਸਾਰਿਆਂ ਦੀ ਮੁਬਾਰਕਬਾਦ ਦਾ ਧੰਨਵਾਦ ਕੀਤਾ। ਤੇ ਆਈਏ ਤੁਹਾਨੂੰ ਦੱਸੀਏ ਕਿ ਕਿੱਦਾਂ ਫੈਨਸ ਦੇ ਰਿਐਕਸ਼ਨ ਰਹੇ ਤੇ ਉਹਨਾਂ ਨੇ ਕੀ ਕਿਹਾ। ਇਸ ਨਵੀਂ ਜ਼ਿੰਦਗੀ ਨਾਲ ਇੱਕ ਹੋਰ ਨਾਮ ਜੁੜਿਆ ਹੋਇਆ ਹੈ ਤੇ ਜੋ ਅੱਜ ਤੱਕ ਸਾਰਿਆਂ ਦੇ ਦਿਲ 'ਚ ਵੱਸਦਾ ਹੈ। ਹਾਂਜੀ, ਆਪਾਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੀ, ਜੋ ਆਪਣੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਸਨ, ਜਿਨ੍ਹਾਂ ਦੀ ਮੌਤ 29 ਮਈ 2022 ਨੂੰ ਮਾਨਸਾ ਦੇ ਪਿੰਡ ਵਿਖੇ ਹੋਈ ਸੀ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਬੇਹੱਦ ਇਕੱਲੇ ਹੋ ਗਏ ਸਨ ਤੇ ਉਹਨਾਂ ਦੀ ਜ਼ਿੰਦਗੀ ਬੇਰੰਗ ਹੋ ਗਈ ਸੀ। ਪਰ ਹੁਣ ਛੋਟੇ ਭਰਾ ਦੀ ਖਬਰ ਸੁਣ ਕੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਸਾਰੇ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਸਾਰੇ ਆਪਣਾ ਆਸ਼ੀਰਵਾਦ ਦੇ ਰਹੇ ਹਨ। ਜਾਣਨ ਤੋਂ ਪਹਿਲਾਂ ਕਿ ਕਿੰਨੇ ਕਿਸ ਤਰ੍ਹਾਂ ਇਸ ਖਬਰ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ, ਤੁਹਾਨੂੰ ਦੱਸ ਦੇਈਏ। ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ ਨੂੰ ਮਾਨਸਾ ਦੇ ਪਿੰਡ ਵਿੱਚ ਹੋਇਆ ਸੀ। ਉਹ ਅੱਜ ਤੱਕ ਦੇ ਸਭ ਤੋਂ ਚਾਹੁਣ ਵਾਲੇ ਗਾਇਕ ਹਨ ਤੇ ਉਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 2016 'ਚ ਨਿੰਜਾ ਦੇ ਗੀਤ ਲਾਇਸੈਂਸ ਲਈ ਇੱਕ ਗੀਤਕਾਰ ਵਜੋਂ ਕੀਤੀ ਸੀ ਤੇ ਹੁਣ ਫੈਨਸ ਤੇ ਸੈਲੀਬ੍ਰਿਟੀਜ਼ ਇਸ ਮੌਕੇ ਨੂੰ ਜਸ਼ਨ ਵਾਂਗ ਮਨਾ ਰਹੇ ਹਨ ਤੇ ਕਾਫੀ ਨਾਮੀ ਕਲਾਕਾਰਾਂ ਨੇ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੋਸਟ ਕਰਦੇ ਹੋਏ ਮੁਬਾਰਕਬਾਦ ਦਿੱਤੀ ਤੇ ਖੁਸ਼ੀ ਮਨਾਈ। ਅਜੇ ਤੱਕ ਕੋਈ ਵੀ ਨੈਗੇਟਿਵ ਕਮੈਂਟ ਨਹੀਂ ਆਇਆ, ਜਿੱਦਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਫੈਨਸ ਕਿੱਦਾਂ ਇਹਦੇ 'ਤੇ ਰਿਐਕਟ ਕਰਨਗੇ, ਪਰ ਸਾਰੇ ਪਾਸੇ ਖੁਸ਼ੀ ਦੇ ਮੌਕੇ ਨੂੰ ਮਨਾਇਆ ਜਾ ਰਿਹਾ ਹੈ। ਇੱਦਾਂ ਦੀਆਂ ਤਮਾਮ ਵੱਡੀ ਖਬਰਾਂ ਲਈ ਸਾਡੇ ਨਾਲ ਬੜੇ ਰਹੋ ਫੈਕਟ ਨਿਊਜ਼ ਤੇ। ਧੰਨਵਾਦ। ਸਤਿ ਸ਼੍ਰੀ ਅਕਾਲ, ਮੈਂ ਭਵਨੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼ ਤੇ ਅੱਜ ਇਹ ਖਬਰ ਸਾਂਝਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਫੈਨਸ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਮਾਤਾ ਪਿਤਾ ਨੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਬੱਚੇ ਦੀ ਤਸਵੀਰ ਸਾਂਝੀ ਕੀਤੀ ਤੇ ਸਾਰਿਆਂ ਦੀ ਮੁਬਾਰਕਬਾਦ ਦਾ ਧੰਨਵਾਦ ਕੀਤਾ। ਤੇ ਆਈਏ ਤੁਹਾਨੂੰ ਦੱਸੀਏ ਕਿ ਕਿੱਦਾਂ ਫੈਨਸ ਦੇ ਰਿਐਕਸ਼ਨ ਰਹੇ ਤੇ ਉਹਨਾਂ ਨੇ ਕੀ ਕਿਹਾ। ਇਸ ਨਵੀਂ ਜ਼ਿੰਦਗੀ ਨਾਲ ਇੱਕ ਹੋਰ ਨਾਮ ਜੁੜਿਆ ਹੋਇਆ ਹੈ ਤੇ ਜੋ ਅੱਜ ਤੱਕ ਸਾਰਿਆਂ ਦੇ ਦਿਲ 'ਚ ਵੱਸਦਾ ਹੈ। ਹਾਂਜੀ, ਆਪਾਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੀ, ਜੋ ਆਪਣੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਸਨ, ਜਿਨ੍ਹਾਂ ਦੀ ਮੌਤ 29 ਮਈ 2022 ਨੂੰ ਮਾਨਸਾ ਦੇ ਪਿੰਡ ਵਿਖੇ ਹੋਈ ਸੀ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਬੇਹੱਦ ਇਕੱਲੇ ਹੋ ਗਏ ਸਨ ਤੇ ਉਹਨਾਂ ਦੀ ਜ਼ਿੰਦਗੀ ਬੇਰੰਗ ਹੋ ਗਈ ਸੀ। ਪਰ ਹੁਣ ਛੋਟੇ ਭਰਾ ਦੀ ਖਬਰ ਸੁਣ ਕੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਸਾਰੇ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਸਾਰੇ ਆਪਣਾ ਆਸ਼ੀਰਵਾਦ ਦੇ ਰਹੇ ਹਨ। ਜਾਣਨ ਤੋਂ ਪਹਿਲਾਂ ਕਿ ਕਿੰਨੇ ਕਿਸ ਤਰ੍ਹਾਂ ਇਸ ਖਬਰ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ, ਤੁਹਾਨੂੰ ਦੱਸ ਦੇਈਏ। ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ ਨੂੰ ਮਾਨਸਾ ਦੇ ਪਿੰਡ ਵਿੱਚ ਹੋਇਆ ਸੀ। ਉਹ ਅੱਜ ਤੱਕ ਦੇ ਸਭ ਤੋਂ ਚਾਹੁਣ ਵਾਲੇ ਗਾਇਕ ਹਨ ਤੇ ਉਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 2016 'ਚ ਨਿੰਜਾ ਦੇ ਗੀਤ ਲਾਇਸੈਂਸ ਲਈ ਇੱਕ ਗੀਤਕਾਰ ਵਜੋਂ ਕੀਤੀ ਸੀ ਤੇ ਹੁਣ ਫੈਨਸ ਤੇ ਸੈਲੀਬ੍ਰਿਟੀਜ਼ ਇਸ ਮੌਕੇ ਨੂੰ ਜਸ਼ਨ ਵਾਂਗ ਮਨਾ ਰਹੇ ਹਨ ਤੇ ਕਾਫੀ ਨਾਮੀ ਕਲਾਕਾਰਾਂ ਨੇ ਸਿੱਧੂ ਦੇ ਛੋਟੇ ਭਰਾ ਦੀ ਫੋਟੋ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੋਸਟ ਕਰਦੇ ਹੋਏ ਮੁਬਾਰਕਬਾਦ ਦਿੱਤੀ ਤੇ ਖੁਸ਼ੀ ਮਨਾਈ। ਅਜੇ ਤੱਕ ਕੋਈ ਵੀ ਨੈਗੇਟਿਵ ਕਮੈਂਟ ਨਹੀਂ ਆਇਆ, ਜਿੱਦਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਫੈਨਸ ਕਿੱਦਾਂ ਇਹਦੇ 'ਤੇ ਰਿਐਕਟ ਕਰਨਗੇ, ਪਰ ਸਾਰੇ ਪਾਸੇ ਖੁਸ਼ੀ ਦੇ ਮੌਕੇ ਨੂੰ ਮਨਾਇਆ ਜਾ ਰਿਹਾ ਹੈ। ਇੱਦਾਂ ਦੀਆਂ ਤਮਾਮ ਵੱਡੀ ਖਬਰਾਂ ਲਈ ਸਾਡੇ ਨਾਲ ਬੜੇ ਰਹੋ ਫੈਕਟ ਨਿਊਜ਼ ਤੇ। ਧੰਨਵਾਦ।